ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਕੱਲ ਰਾਤ ਮੈਂ ਚੰਡੀਗੜ੍ਹੋਂ ਆਇਆ ਸੀਗਾ ਤੇ ਅੱਜ ਸਵੇਰੇ ਅਸੀਂ ਲੁਧਿਆਣੇ ਆ ਗਏ ਤੇ ਹੁਣ ਟਾਈਮ ਹੋ ਗਿਆ ਕਿੰਨਾ ਪਵਨ? 2 ਵੱਜ ਗਏ ਤੇ ਹੁਣ ਅਸੀਂ ਜਾਣਾ ਇੱਥੋਂ ਪੰਧੇਰਖੇੜੀ ਨੂੰ। ਪਰ ਪੰਧੇਰਖੇੜੀ ਜਾਣ ਤੋਂ ਪਹਿਲਾਂ ਆਪਾਂ ਲੈਣਾ ਗਿਫਟ। ਅੱਜ ਮੇਰੇ ਭਤੀਜੀ ਦਾ ਹੈਗਾ ਬਰਥਡੇ, ਸੋ ਆਪਾਂ ਉੱਥੇ ਜਾਣਾ ਬਰਥਡੇ ਮਨਾਉਣ ਤੇ ਪਹਿਲਾਂ ਗਿਫਟ ਲੈ ਲਈਏ ਤੇ ਫਿਰ ਚੱਲਦੇ ਹਾਂ। ਮਤਲਬ ਹਨੀ ਦੀ ਕੁੜੀ ਦਾ ਬਰਥਡੇ ਅੱਜ, ਬਈ ਪਹਿਲਾ ਬਰਥਡੇ ਤੇ ਚਲੋ ਬਾਟ ਕੱਢ ਕੇ ਘੁਮਾਰ ਮੰਡੀ ਪਹੁੰਚ ਹੀ ਗਏ ਤੇ ਘੁਮਾਰ ਮੰਡੀ ਆਪਾਂ ਆਇਆ ਸਰਦਾਰ ਜੀ ਟੋਇਜ਼ ਵਾਲਿਆਂ ਦੇ। ਪਿੰਦਰ ਆਪਾਂ ਕਿੱਡੀ ਲੰਬੀ ਬਾਟ ਕੱਢ ਕੇ ਆਏ ਨਾ, ਮੈਂ ਕਿਹਾ ਸੀ ਏਡੀ ਵੱਡੀ ਬਾਟ ਕੱਢ ਕੇ ਘੁਮਾਰ ਮੰਡੀ ਪਹੁੰਚ ਹੀ ਗਏ ਤੇ ਆਪਾਂ ਸਰਦਾਰ ਜੀ ਟੋਇਜ਼ ਵਾਲਿਆਂ ਦੇ ਆਏ ਹਾਂ ਕਿਉਂਕਿ ਇੱਥੋਂ ਟੋਇਜ਼ ਵਧੀਆ ਮਿਲ ਜਾਂਦੇ ਆ। ਇੱਥੋਂ ਦੇਖਦੇ ਹਾਂ, ਸੁੰਦਰ ਦੀ ਨਾ ਆਦਤ ਕਦੇ ਨਹੀਂ ਜਾਣੀ, ਇਹ ਆਦਤ ਛੱਡ ਦਿਓ, ਦੁਬਾਰਾ ਜਾ ਕੇ ਲੋਕ ਚੈੱਕ ਕਰਨ ਦੀ, ਪਹਿਲਾਂ ਹੀ ਕਰਕੇ ਆਇਆ ਕਰੋ। ਜਵਾਕਾਂ ਲਈ ਵੀ ਗਿਫਟ ਲੈਣਾ ਬੜਾ ਔਖਾ, ਸਮਝ ਨਹੀਂ ਆਉਂਦੀ ਕੀ ਲਈਏ। ਵੈਲਕਮ ਇਹ ਸਹੀ ਹੈ ਨਾ, ਚੱਲਦਾ ਕਿੱਥੇ? ਅੱਛਾ ਗਿਫਟ ਆਪਾਂ ਪੈਕ ਕਰਾ ਲਏ। ਪਵਨ ਕਹਿੰਦੀ ਇੱਕ ਆ ਵੀ ਗੱਡੀ ਆ ਚਮਕਦੀ ਆ ਤੇ ਇੱਕ ਆਪਣੇ ਵਾਲੀ ਆ, ਬੈਠਣ ਨੂੰ ਕੀ ਦੀ ਕਰਦਾ ਮੇਰਾ ਉਹਦੇ ਤੇ। ਉਹ ਕੋਈ ਨਾ, ਇਹ ਗੱਡੀਆਂ ਆਈ ਹੁੰਦੀਆਂ ਨੇ। ਦੀ ਟ੍ਰੈਫਿਕ ਇਜ਼ ਸੋ ਮੱਚ ਇਨ ਲੁਧਿਆਣਾ ਤੇ ਬਾਕੀ ਹੁਣ ਟਾਈਮ ਹੋ ਗਿਆ 3 ਤੇ ਆਪਾਂ ਹਲੇ ਰੋਟੀ ਖਾਣੀ ਆ। ਰੋਟੀ ਦੇ ਵਿੱਚ ਮਤਲਬ ਜਿਹੜੇ ਬਰਗਰ ਬੁਰਗਰ ਹੀ ਖਾ ਲਾਂਗੇ ਕਿਉਂਕਿ ਅਸੀਂ ਜੋਧਾ ਰੈਡੀ ਹੋ ਗਏ, ਮਤਲਬ ਜੋਧਾ ਪਹਿਲਾਂ ਜਾਵਾਂਗੇ, ਜੋਧਾ ਰੈਡੀ ਹੋ ਕੇ ਉਹ ਦੋਵੇਂ ਬੰਦੇ ਨੇ ਖੇੜੀ ਜਾਣਾ ਤੇ 5 ਵਜੇ ਦਾ ਟਾਈਮ ਆ ਤੇ ਮਤਲਬ 6 ਵਜੇ ਤੱਕ ਪਹੁੰਚ ਜਾਵਾਂਗੇ। ਤੇ ਇੱਕ ਗੱਲ ਆ, ਵਿਆਹ ਤੋਂ ਬਾਅਦ ਪਹਿਲੀ ਐਨਵਰਸਰੀ ਦਾ, ਵਿਆਹ ਤੋਂ ਬਾਅਦ ਪਹਿਲੇ ਜਵਾਕ ਦਾ ਤੇ ਵਿਆਹ ਤੋਂ ਬਾਅਦ ਜਵਾਕ ਦੇ ਪਹਿਲੇ ਬਰਥਡੇ ਦਾ ਸਾਰਿਆਂ ਨੂੰ ਹੀ ਪਤਾ ਚਾਹ ਹੁੰਦਾ ਹੈ ਨਾ। ਸਹੀ ਗੱਲ ਹੈ ਨਾ, ਅੱਜ ਉਹਦਾ ਸਾਡਾ ਪੂਰਾ ਮੇਲਾ ਧੂਮ ਧਾਮ ਨਾਲ ਮੁੰਡਾ ਹੋ ਗਿਆ ਬਰਥਡੇ ਯਾਰ, ਚਾਹ ਹੁੰਦਾ ਹੀ ਹੈ ਯਾਰ। ਚਲੋ ਵਧੀਆ ਕਰਨਾ ਵੀ ਚਾਹੀਦਾ, ਨਾਲੇ ਕੁੜੀਆਂ ਦਾ ਕਰਨਾ ਚਾਹੀਦਾ ਆਪਣੇ ਪਿੱਛੇ ਜੇ ਕੁੜੀਆਂ ਦਾ ਕਰਮ ਫਟ ਗਿਆ ਸੀ। ਸਹੀ ਗੱਲ ਹੈ, ਵਧੀਆ। ਅੱਜ ਕੱਲ ਕੁੜੀਆਂ ਮੁੰਡੇ ਇਕੱਠੇ ਆ ਯਾਰ, ਇੱਕੋ ਜੇ ਕਿਹਾ ਕੋਈ ਫਰਕ ਨਹੀਂ ਹੈਗਾ। ਚਲੋ ਪਹਿਲਾਂ ਖਾਈਏ, ਭੁੱਖ ਲੱਗੀ ਆ ਸਾਨੂੰ। ਜਦੋਂ ਅਸੀਂ ਮਕਲੌੜਗੰਜ ਗਏ ਸੀ ਉਦੋਂ ਹਨੀ ਦਾ ਫੋਨ ਆਇਆ ਸੀਗਾ, ਦੇਖੋ ਕਦੇ ਇੰਡੀਆ ਟੂਰ ਦੁਬਾਰਾ ਤਾਂ ਨਹੀਂ ਸ਼ੁਰੂ ਕਰ ਲਿਆ, ਉਹਨਾਂ ਕੁੜੀ ਦਾ ਜਨਮ ਦੇਣਾ। ਮੈਂ ਕਿਹਾ ਨਹੀਂ ਭੁੱਲੇ ਮਿੱਤਰਾ, ਆਵਾਂਗੇ ਆਵਾਂਗੇ, ਜ਼ਰੂਰ ਆਵਾਂਗੇ। ਤੇ ਚਲੋ ਵਧੀਆ, ਕੁੜੀ ਦੇ ਜਨਮ ਦੇਣ ਦਾ ਇੰਨਾ ਚਾਅ ਮਾਂ ਪਿਓ ਨੂੰ ਹੋਵੇ ਤਾਂ ਬਹੁਤ ਵਧੀਆ ਲੱਗਦਾ ਯਾਰ। ਤੇ ਹੁਣ ਆਪਾਂ ਰੈਪ ਰੂਪ ਖਾ ਲਈਏ ਤੇ ਹਰਪਿੰਦਰੇ ਦਾ ਵੀ ਫੋਨ ਆਇਆ ਸੀ, ਘਰੇ ਚੱਲੀਏ ਤੇ ਰੈਡੀ ਹੋ ਕੇ ਫਿਰ ਚੱਲੀਏ ਪੰਧੇਰਖੇੜੀ ਘਰੇ। ਚੀਅਰਸ, ਬਹੁਤ ਟਾਈਮ ਬਾਅਦ ਘਰੇ ਆ ਗਏ ਤੇ ਇੱਕ ਸਾਰਿਆਂ ਨੂੰ ਰਿਕੁਐਸਟ ਹੀ ਆਉਂਦੇ ਨਿੱਕੇ ਨਿੱਕੇ ਜਵਾਕਾਂ ਨੂੰ ਨਾ, ਸਕੂਟਰੀ ਆ ਜਾਂ ਟਰੈਕਟਰ ਦੇ ਨਾ ਤੁਰਿਆ ਕਰੋ, ਚੱਲ ਟਰੈਕਟਰ ਖੱਤਿਆਂ 'ਚ ਫੜਾਇਆ ਕਰੋ ਪਰ ਸੜਕਾਂ 'ਤੇ ਨਾ ਫੜਾਇਆ ਕਰੋ, ਉਹ ਰੇਸ ਬੰਨਦੇ ਆ ਟਰੈਕਟਰ ਦੇ ਸਕੂਟਰ ਦੀ ਨਾਲੇ। ਅੱਜ ਮੈਂ ਅਸੀਂ ਇੱਕ ਜਵਾਕ ਦੇਖਣ ਦੇ ਥੱਲੇ ਵਿਚਾਰੇ ਦੇ ਪੈਰ ਵੀ ਨਹੀਂ ਸੀ ਲੱਗਦੇ, ਮਗਰ ਇੱਕ ਉਹਨਾਂ ਦਾ ਘਰ ਦਾ ਕੋਈ ਹੋਰ ਬੰਦਾ ਬੈਠਾ ਹੋਣਾ ਕੰਮ ਕਰਨ ਵਾਲਾ ਕੋਈ, ਉਹ ਮਗਰ ਬੈਠਾ ਦਵੱਲੀ ਆਵੇ ਪੈਰ ਮਗਰ ਉਹ ਲਾਵੇ, ਮੈਂ ਕਿਹਾ ਹਾਏ ਰੱਬ ਦਾ ਪੈਰ ਮਗਰ ਉਹ ਲਾਏ ਬੰਦਰ ਨੇ ਯਾਰ। ਮੈਂ ਕਿਹਾ ਬਈ ਆਪਦੇ ਜਵਾਕਾਂ ਨੂੰ ਚੱਲ ਸਿਖਾਓ ਜ਼ਰੂਰ, ਬਟ ਇੱਕ ਟਾਈਮ ਹੁੰਦਾ ਹਰ ਚੀਜ਼ ਦਾ, ਕਿਉਂਕਿ ਜਿੰਨੀ ਆਪਣੀ ਉਮਰ ਛੋਟੀ ਹੁੰਦੀ ਉਦੋਂ ਬੰਦੇ ਨਾਲ ਸੋਚਦਾ ਨਹੀਂ ਹੁੰਦਾ, ਉਦੋਂ ਬੰਦੇ ਜਦੋਂ ਬੱਚਾ ਨਵਾਂ ਨਵਾਂ ਸਿੱਖਦਾ ਉਹਨੂੰ ਭਜਾਉਣ ਦਾ ਚਾਅ ਹੁੰਦਾ ਬਸ। ਉਹ ਜਦੋਂ 18 ਸਾਲ ਦੀ ਤਾਂ ਹੀ ਸਰਕਾਰ ਨੇ ਕਿਹਾ ਹੋਇਆ ਲਾਇਸੈਂਸ ਵੀ 18 ਸਾਲ ਦੀ ਉਮਰ ਬਾਅਦ ਬਣਨੇ ਆ, ਉਹ ਕੋਈ ਸੋਚ ਕੇ ਹੁੰਦਾ, ਚੱਲ ਹਾਂ ਆਪਦੇ ਮਗਰ ਘਰ ਦਾ ਕੋਈ ਬਾਪੂ ਬੈਠਾ ਕੋਈ ਸਿਆਣਾ ਬੰਦਾ ਬੈਠਾ ਤਾਂ ਗੱਲ ਵੱਖਰੀ ਆ, ਬੰਦੇ ਨੂੰ ਸਿਖਾਉਣਾ ਵੀ ਚਾਹੀਦਾ, ਬਟ ਇਕੱਲਿਆਂ ਨੂੰ ਤੁਰਿਆ ਕਰੋ ਤੇ ਨਾ ਕਿਸੇ ਅਣਜਾਣ ਬੰਦੇ ਨੂੰ ਜਾਂ ਕਿਸੇ ਆਪਾਂ ਕਹਿ ਦਈਏ ਅੰਨ ਭੇਤੀ ਨੂੰ ਨਾਲ ਤੋਰ ਦੋ ਅੰਨ ਭੇਤੀ। ਹਾਂ ਇੱਕ ਵਾਰੀ ਚਲਾਈ ਆ, ਮੁੜ ਕੇ ਚਲਾਈ ਨਹੀਂ ਅਜੇ ਤੱਕ, ਕਰਕੇ ਮੋੜੂ ਚਲੋ
ਠੀਕ ਆ ਹੁਣ ਅਸੀਂ ਰੈਡੀ ਹੋਈਏ ਤੇ ਰੈਡੀ ਹੋ ਕੇ ਚੱਲਦੇ ਆ ਟਾਈਮ ਹੈਗਾ ਬਹੁਤ ਘੱਟ ਕਈ ਵਾਰੀ ਪਤਾ ਨਹੀਂ ਲੱਗਦਾ ਤਾਂ ਕਿਹੜੀ ਗੱਲ ਦੱਸੀ ਹੋਈ ਆ ਕਿਹੜੀ ਨਹੀਂ ਦੱਸੀ ਹੋਈ ਆ ਆਪਾਂ ਇੱਕ ਦਿਨ ਦੇ ਕੱਪੜੇ ਵੀ ਪੈਕ ਕਰ ਲਏ ਤੇ ਸਮੇਂ ਨਾਲੋਂ ਬਹੁਤਾ ਹੀ ਲੇਟ ਹੋ ਗਏ ਟਾਈਮ ਪੌਣੇ 6 ਹੋਣ ਵਾਲਾ ਹੁਣੀ ਡੈਡੀ ਜੀ ਨੇ ਫਿਰ ਥੋੜੀ ਜਿਹੀ ਸੇਵਾ ਕਰੀ ਆ ਕਿ ਜਾਣਾ ਕਿ ਤੁਸੀਂ ਨਹੀਂ ਜਾਣਾ ਮੈਂ ਜਾਵਾਂ ਮੈਂ ਕਿਹਾ ਡੈਡੀ ਚੱਲੇ ਆ ਤੇ ਆ ਪਵਨ ਨੇ ਅੱਜ ਪਾ ਲਈ ਆਪਦੀ ਉਹ ਡਰੈਸ ਤੁਸੀਂ ਪੁੱਛਦੇ ਸੀਗੇ ਤੁਸੀਂ ਸ਼ੋਪਿੰਗ ਤੇ ਕਿਤੇ ਟ੍ਰਿਪ ਤੇ ਪਾਇਆ ਤੇ ਨਹੀਂ ਦੱਸਣ ਸਾਡਾ ਪਲਾਨ ਸੀਗਾ ਆਪਣਾ ਮਕਲੋੜ ਕਾਂਜ ਤੋਂ ਡਲਹੌਜੀ ਜਾਣਾ ਸੀਗਾ ਬਟ ਉਹ ਕੈਂਸਲ ਹੋ ਗਿਆ ਤਾਂ ਕਰਕੇ ਆਪਣੇ ਡਰੈਸਾਂ ਵੀ ਉਦੋਂ ਰਹਿ ਗਈਆਂ ਤੇ ਆਪਾਂ ਚ ਪਾ ਲਈ ਤੇ ਚਲੋ ਹੁਣ ਆਪਾਂ ਬਹੁਤੇ ਲੇਟ ਆ ਹੁਣ ਨਹੀਂ ਕਹਿੰਦੇ ਸਾਨੂੰ ਕੇਕ ਕੋ ਕੱਟਿਆ ਵੀ ਜਲਦੀ ਨੂੰ ਪਹੁੰਚੇ ਫਿਰ ਕੋਈ ਫਾਇਦਾ ਵੀ ਨਹੀਂ ਹੋਣਾ ਹੈ ਤੁਸੀਂ ਕੀ ਕਰੀ ਜਾਂਦੇ ਹੋ ਸੂਰਜ ਨਾ ਬੱਦਲਾਂ ਦੇ ਓਹਲੇ ਹੋ ਗਿਆ ਤਾਂ ਕਰਕੇ ਥੋੜਾ ਥੋੜਾ ਹਨੇਰਾ ਲੱਗਣ ਲੱਗ ਗਿਆ ਆਹ ਦੇਖੋ ਇੱਧਰ ਵੀ ਸਾਰੇ ਉਹ ਬੱਦਲਾਂ ਦੇ ਓਹਲੇ ਸੂਰਜ ਧੁੱਪ ਆ ਗਈ ਫਿਰ ਤੋਂ ਦਿਨ ਚੜ ਗਿਆ ਬੱਦਲ ਸਾਈਡ ਤੇ ਹੋ ਗਏ ਸੂਰਜ ਤੋਂ ਆਏਗਾ ਉਦੋਂ ਪਈ ਗਿਆ ਸੀ ਨਾ ਵੀ ਹਨੇਰਾ ਹੋ ਗਿਆ ਤਾਂ ਮੈਂ ਗਿਆ ਵੀ ਹੁਣ ਦਿਨ ਚੜ ਗਿਆ ਲੋ ਵੀ ਆਪਾਂ ਤਾਂ ਪੰਧੇਰ ਖੇੜੀ ਪਹੁੰਚ ਗਏ ਕਦੇ ਆਪ ਵੀ ਉਤਰ ਜਾ ਕਰੋ ਗੇਟ ਖੋਲਣ ਨੂੰ ਗੱਡੀ ਤੂੰ ਅੰਦਰ ਵਾੜ ਦੇ ਹਾਂ ਹਮੇਸ਼ਾ ਮੈਨੂੰ ਤਾਰ ਦਿੰਦੇ ਪਹਿਲੇ ਜਿਹੜਾ ਆਪਾਂ ਗੇਟ ਖੋਲ ਲਈਏ ਟਾਈਮ 7 ਵੱਜ ਗਏ ਤੇ ਆਪਾਂ ਹੁਣ ਚੱਲੇ ਆ ਆਏਗਾ ਕਿ ਜਵਾਨ ਕੀ ਦੇ ਪਿੱਛੇ ਬਾਬਾ ਵੀ ਲੱਗੇ ਹੋਏ ਆ ਬਾਅਦ ਚ ਕੰਟੀਨਿਊ ਕਰਦੇ ਅਸੀਂ ਤਾਂ ਸੋਚਦੇ ਅਸੀਂ ਲੇਟ ਆਏ ਬਟ ਮਤਲਬ ਪਹਿਲਾਂ ਆ ਗਿਆ ਸੀ ਤਾਂ ਫਸਟ ਰਾਊਂਡ ਬਈ ਪਲੇਟਾਂ ਭਰੀਆਂ ਹੋਈਆਂ ਹੈ ਉਹ ਥੋੜ੍ਹੀ ਜਿਹੀ ਖਾਲੀ ਹੈ ਕਿਉਂਕਿ ਉਹ ਜਵਾਕਾਂ ਨੂੰ ਖਿਲਾ ਰਹੇ ਨੇ ਨਾ ਸਾਡੀ ਬੁਰੀ ਭਰੀ ਹੋਈ ਆ ਹਾਂਜੀ ਕਿਵੇਂ ਹੋ ਇਹ ਕੁੜੀ ਸਾਡੀ ਪੋਸ਼ਤਾਨ ਅੱਜ ਇਹ ਥੋੜ੍ਹੀ ਜਿਹੀ ਸਾਊ ਬਣੀ ਹੋਈ ਆ ਸਿਰ ਸਿਰ ਤੋਂ ਤਾਂ ਸਾਊ ਆ ਇਹਦੀ ਮੰਮੀ ਨੂੰ ਫੋਨ ਨਹੀਂ ਚਲੋ ਹੁਣ ਆਪਾਂ ਖਾ ਲਈਏ ਫਿਰ ਮਿਲਦੇ ਹਾਂ ਰੀਸ ਆਈ ਕਿਹੜਾ ਜਾਂਦਾ ਮੌਸਮ ਨੇ ਸਾਥ ਦੇਤਾ ਇਹ ਸ਼ਾਮ ਕਰਕੇ ਹੋਇਆ ਤੇ ਇਹੀ ਦੁਪਹਿਰੇ ਹੁੰਦਾ ਨਾ ਬਾਕੀ ਸ਼ਾਮ ਦਾ ਮੌਸਮ ਹੀ ਵਧੀਆ ਹੁੰਦਾ ਚਾਹੇ ਗਰਮੀ ਹੋਵੇ ਚਾਹੇ ਠੰਡ ਹੋਵੇ ਨਜ਼ਾਰਾ ਬੜਾ ਆਉਂਦਾ ਫੋਟੋ ਵਧੀਆ ਹੁੰਦਾ ਸਾਡਾ ਵੀ ਹੁੰਦਾ ਸਾਡਾ ਸੇਮ ਹੈ ਬਈ ਮੌਸਮ ਦਾ ਨਾ ਬੰਦੇ ਨੂੰ ਲੁਫਤ ਉਠਾਉਣਾ ਆਉਣਾ ਚਾਹੀਦਾ ਕੋਈ ਵੀ ਉਠਾ ਸਕਦਾ ਸੇ ਉਠਾ ਲੂ ਬਹੁਤ ਅਸੀਂ ਐਂ ਖੁਸ਼ ਰਹਿੰਦੇ ਆ ਪਕੌੜੇ ਖਾ ਕੇ ਅਸੀਂ ਵੀ ਪਕੌੜੇ ਹੀ ਖਾਦੇ ਆ ਜਿਹੜੀ ਨਾਲ ਕੋਲਡ ਡਰਿੰਕ ਪੀਤੀ
Party is over, guys. Yes. Party is over.